ਪਟਿਆਲਾ ਤੋਂ ਤਕਰੀਬਨ ਡੇਢ ਦਹਾਕਾ ਪਟਿਆਲਾ ਦੀ ਸੰਸਦ ਵਿੱਚ ਨੁਮਾਇੰਦਗੀ ਕਰ ਚੁੱਕੇ ਪ੍ਰਨੀਤ ਕੌਰ ਸਾਡੇ ਨਾਲ ਨੇ ਗੱਲਬਾਤ ਕਰਦੇ ਹਾਂ। ਪ੍ਰਨੀਤ ਕੌਰ ਜੀ, ਟਿਕਟਾਂ ਨੂੰ ਲੈ ਕੇ ਜਿਹੜਾ ਕਲੇਸ਼ ਹੈਗਾ ਕਾਂਗਰਸ ਪਾਰਟੀ ਦੇ ਵਿੱਚ ਸ਼ੁਰੂ ਹੋ ਗਿਆ, ਕੀ ਕਹਿਣਾ ਚਾਹੋਗੇ? ਕੋਈ ਕਲੇਸ਼ ਨਹੀਂ ਜੀ, ਸਭ ਦਾ ਹੱਕ ਹੈਗਾ ਆਪਣਾ ਆਪਣਾ ਦਾਅਵਾ ਰੱਖਣ ਦੇ ਲਈ, ਔਰ ਅੰਤ ਦੇ ਵਿੱਚ ਹਾਈ ਕਮਾਂਡ ਡਿਸਾਈਡ ਕਰਦੀ ਹੈ ਵੀ ਕਿਸ ਨੂੰ ਦੇਣਾ ਹੈ, ਕੋਈ ਕਲੇਸ਼ ਦੀ ਗੱਲ ਹੈ ਨਹੀਂ। ਤੁਹਾਡੀ ਕਿੱਦਾਂ ਦੀ ਤਿਆਰੀ ਹੈਗੀ ਇਲੈਕਸ਼ਨ ਦੇ ਲਈ? ਮੇਰੇ ਖਿਆਲ 'ਚ ਕੋਈ ਵੀ ਪੋਲੀਟੀਸ਼ੀਅਨ ਹੋਏ ਉਹਦੀ ਹਰ ਵਕਤ ਇਲੈਕਸ਼ਨ ਦੀ ਤਿਆਰੀ ਰਹਿੰਦੀ ਹੈ ਪੂਰੀ। ਜੀ ਪ੍ਰਨੀਤ ਕੌਰ ਜੀ, ਯੁਵਰਾਜ ਪਹਿਲਾਂ ਇਲੈਕਸ਼ਨ ਲੜੇ ਸੀਗੇ, ਇਸ ਵਾਰ ਬੜੇ ਸਾਇਲੈਂਟ ਨੇ ਹੈਗੇ ਨੇ, ਇਲੈਕਸ਼ਨ ਲੜ ਰਹੇ ਨੇ ਜਾਂ ਫਿਰ ਨਹੀਂ? ਇਜ਼ ਵੈਰੀ ਬਿਜ਼ੀ, ਬਹੁਤ ਵਧੀਆ ਤਰੀਕੇ ਦੇ ਨਾਲ ਇਲੈਕਸ਼ਨ ਲੜੀ ਉਹਨਾਂ ਨੇ, ਓਲੰਪਿਕ ਐਸੋਸੀਏਸ਼ਨ 'ਚ ਵਾਈਸ ਪ੍ਰਧਾਨ ਬਣੇ ਨੇ ਇੰਟਰਨੈਸ਼ਨਲ ਸ਼ੂਟਿੰਗ ਫੈਡਰੇਸ਼ਨ ਦੇ, ਬਹੁਤ ਕੀਤਾ ਹੈ, ਬਹੁਤ ਗੋਲਡ ਮੈਡਲਸ ਆਈਆਂ, ਮੈਡਲਸ ਆਈਆਂ ਸ਼ੂਟਿੰਗ ਫੈਡਰੇਸ਼ਨ ਨੂੰ ਇੰਡੀਆ ਦੇ ਵਿੱਚ ਉਹਨਾਂ ਦੀ ਨੇਤਰਤਾ ਹੇਠਾਂ, ਅਤੇ ਬਾਕੀ ਹਾਈ ਕਮਾਂਡ ਦੇ ਉੱਤੇ ਹੈ, ਜਿਸ ਤਰ੍ਹਾਂ ਦੀ ਉਹਨਾਂ ਦੀ ਪੋਲਿਸੀ ਹੋਏਗੀ ਉਸ ਤਰ੍ਹਾਂ ਅਸੀਂ ਕਰਾਂਗੇ। ਜਿਸ ਤਰ੍ਹਾਂ ਪਹਿਲਾਂ ਬਠਿੰਡਾ ਤੋਂ ਚੋਣ ਲੜੀ ਗਈ ਸੀ, ਤਾਂ ਹੁਣ ਕੋਈ ਹੈਗਾ ਅੱਗੇ ਚੋਣ ਲੜਨ ਦਾ, ਕਿਉਂਕਿ ਜਿਸ ਤਰ੍ਹਾਂ ਬਠਿੰਡਾ ਤੋਂ ਪਹਿਲਾਂ ਚੋਣ ਲੜੀ? ਮੈਂ ਤੁਹਾਨੂੰ ਕਹਿਤਾ ਜੀ, ਹਾਈ ਕਮਾਂਡ ਡਿਸਾਈਡ ਕਰੂਗਾ, ਜੋ ਕਹਿਣਗੇ ਉਸ ਤਰ੍ਹਾਂ ਹੋਊਗਾ। ਸੋ ਗੱਲਬਾਤ ਕਰ ਰਹੇ ਸੀ ਪ੍ਰਨੀਤ ਕੌਰ, ਉਹਨਾਂ ਦਾ ਕਹਿਣਾ ਹੈਗਾ ਕਿ ਹਾਈ ਕਮਾਂਡ ਜੋ ਟਿਕਟਾਂ ਬਾਰੇ ਡਿਸਾਈਡ ਕਰੇਗਾ। ਬਹਰਹਾਲ ਯੁਵਰਾਜ ਰਣਿੰਦਰ ਸਿੰਘ ਹੈਗੇ ਨੇ ਜਿਹੜੇ, ਉਹਨਾਂ ਵੱਲੋਂ ਜਿਹੜਾ ਚੋਣ ਹੈਗਾ ਉਹ ਕਿੱਥੋਂ ਲੜੀ ਜਾਣੀ ਹੈ ਜਾਂ ਨਹੀਂ ਲੜੀ ਜਾਣੀ, ਇਸ ਬਾਰੇ ਸਾਫ਼ ਨਹੀਂ ਹੋ ਸਕਿਆ। ਬਹਰਹਾਲ ਅਗਰ ਗੱਲ ਕਰੀਏ ਤਾਂ ਜਿਹੜਾ ਰਣਿੰਦਰ ਸਿੰਘ ਹੈਗੇ ਨੇ, ਉਹਨਾਂ ਦੇ ਜਿਹੜਾ ਸ਼ੂਟਿੰਗ ਐਸੋਸੀਏਸ਼ਨ ਦੀਆਂ ਚੋਣਾਂ ਹੈਗੀਆਂ ਉਹ ਜਿੱਤਣ ਦੀ ਗੱਲ ਪ੍ਰਨੀਤ ਕੌਰ ਵੱਲੋਂ ਕੀਤੀ ਗਈ ਹੈ, ਲੇਕਿਨ ਰਾਜਸੀ ਚੋਣ ਹੈਗੀ ਹੈ ਜਿਹੜੀ, ਕਿਉਂਕਿ ਪਹਿਲਾਂ ਬਠਿੰਡਾ ਤੋਂ ਚੋਣ ਲੜੀ ਗਈ ਸੀ, ਇਸ ਵਾਰ ਵੀ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਯੁਵਰਾਜ ਰਣਿੰਦਰ ਸਿੰਘ ਰਾਜਨੀਤਿਕ ਮੈਦਾਨ ਦੇ ਵਿੱਚ ਉਤਰਦੇ ਆ ਜਾਂ ਨਹੀਂ ਉਤਰਦੇ, ਲੇਕਿਨ ਇਸ ਦੇ ਬਾਰੇ ਹਾਲੇ ਪ੍ਰਨੀਤ ਕੌਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਗੱਲ ਸਾਫ਼ ਨਹੀਂ ਕੀਤੀ ਗਈ, ਲੇਕਿਨ ਉਹਨਾਂ ਵੱਲੋਂ ਇਸ਼ਾਰਾ ਦਿੱਤਾ ਗਿਆ ਕਿ ਉਹ ਐਕਟਿਵ ਹੈਗੇ ਨੇ, ਕਾਫ਼ੀ ਬਿਜ਼ੀ ਨੇ, ਲੇਕਿਨ ਚੋਣ ਜ਼ਰੂਰ ਲੜਨਗੇ। ਤਾਂ ਦੂਜੇ ਪਾਸੇ ਕਾਕਾ ਰਣਦੀਪ ਵੱਲੋਂ ਵੀ ਦੋ ਵਾਰ ਪਟਿਆਲਾ ਤੋਂ ਟਿਕਟ ਦੀ ਮੰਗ ਕੀਤੀ ਜਾ ਚੁੱਕੀ ਆ, ਤਾਂ ਇਸ ਦੇ ਉੱਤੇ ਵੀ ਪ੍ਰਨੀਤ ਕੌਰ ਦਾ ਕਹਿਣਾ ਕਿ ਹਾਈ ਕਮਾਂਡ ਟਿਕਟਾਂ ਦਾ ਫੈਸਲਾ ਕਰੇਗੀ, ਉਹ ਇਸ ਬਾਰੇ ਕੁਛ ਨਹੀਂ ਕਹਿ ਸਕਦੇ। ਪਟਿਆਲਾ ਤੋਂ ਕੈਮਰਾਮੈਨ ਕਮਲ ਦੂਆ ਦੇ ਨਾਲ ਅਵਤਾਰ ਗਿੱਲ, ਦੈਨਿਕ ਸਵੇਰਾ।